ਸਾ ਸੇਖਲ ਜੀ ਸਾਰਿਆਂ ਨੂੰ ਆਪ ਸਭ ਜੀ ਦਾ ਸਵਾਗਤ ਹੈ ਸੋ ਦੋਸਤੋ ਜੀ ਮੇਕਾ ਸਭ ਨੂੰ ਪਤਾ ਹੀ ਹੈ ਕਿ ਅੱਜ ਘਟਕੜ ਕਲਾ ਵੀ ਕੇ ਸਾਡੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਅਹੁਦੇ ਬਜਾ ਸੌ ਚੁੱਕੀ ਹੈ ਸੋ ਦੋਸਤੋ ਸੌ ਚੁੱਕਣ ਤੋਂ ਬਾਅਦ ਉਹ ਚੰਡੀਗੜ੍ਹ ਆ ਗਏ ਹਨ ਚੰਡੀਗੜ੍ਹ ਆ ਕੇ ਉਹਨਾਂ ਨੇ ਜੋ ਆਪਣਾ ਕਾਰਜਕਾਲ ਹੈ ਸੰਭਾਲ ਲਿਆ ਹੈ ਸੋ ਦੋਸਤੋ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਹਨ ਜੋ ਕਿ ਸੀਐਮ ਆਫਿਸ ਦੀਆਂ ਹਨ ਸੋ ਦੋਸਤੋ ਦੇਖ ਰਹੇ ਹੋ ਕਿ ਇੱਥੇ ਕਾਫੀ ਜ਼ਿਆਦਾ ਲੋਕਾਂ ਦਾ ਇਕੱਠ ਹੋਇਆ ਹੋਇਆ ਹੈ ਸੋ ਦੋਸਤੋ ਜਿਵੇਂ ਕਿ ਵੀਡੀਓ ਵਿੱਚ ਦੇ ओके सीएम भगवंत मान दी गड्डी आ गई है और जो गड्डी ਦੇ ਵਿੱਚ ਸਭ ਤੋਂ ਅਗਲੀ ਸੀਟ ਤੇ ਭਗਵੰਤ ਮਾਨ ਜੀ ਬੈਠੇ ਹਨ ਸੋ ਦੋਸਤੋ ਸਾਰੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਤੇ ਕਾਫੀ ਜੋ ਲੋਕ ਹਨ ਇੱਥੇ ਇਕੱਠੇ ਹੋਏ ਹੋਏ ਹਨ ਜਿਵੇਂ ਕਿ ਆਪ ਦੇਖ ਰਹੇ ਹੋ ਕਿ ਕਾਰ ਦੇ ਵਿੱਚੋਂ ਜੋ ਭਗਵੰਤ ਮਾਨ ਜੀ ਹਨ ਉਤਰ ਰਹੇ ਹਨ ਸੋ ਦੋਸਤੋ ਤੁਸੀਂ ਜੋ ਸਾਰੇ ਲੋਕਾਂ ਨੇ ਭਗਵੰਤ ਮਾਨ ਜੀ ਦਾ ਤਾਲੀਆਂ ਵਜਾ ਕੇ ਇੱਥੇ ਸਵਾਗਤ ਕੀਤਾ ਹੈ ਸੋ ਦੋਸਤੋ ਇਸ ਤੋਂ ਬਾਅਦ ਜੋ ਹੈ ਭਗਵੰਤ ਮਾਨ ਜੀ ਦਾ ਗਾੜੋ ਫੋਨਰ ਕੀਤਾ ਜਾਏਗਾ ਗਾੜੋ ਫੋਨਰ ਕਰਨ ਤੋਂ ਬਾਅਦ ਜੋ ਭਗਵੰਤ ਮਾਨ ਹੋਣਗੇ ਉਹ ਆਪਣੇ ਕਾਰਜਕਾਲ ਨੂੰ ਸੰਭਾਲਣ ਦੇ ਲਈ ਆਫਿਸ ਦੇ ਅੰਦਰ ਜਾਣਗੇ ਸੋ ਦੋਸਤੋ ਕਾਰ ਤੋਂ ਉਤਰਨ ਤੋਂ ਬਾਅਦ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਧੰਨਵਾਦ ਕਰਨ ਤੋਂ ਬਾਅਦ ਉਹ ਸਟੇਜ ਦੇ ਉੱਪਰ ਜਾ ਕੇ ਖੜੇ ਹੋ ਰਹੇ ਹਨ ਸੋ ਦੋਸਤੋ ਇੱਥੇ ਖੜੇ ਹੋਣ ਤੋਂ ਬਾਅਦ ਜੋ ਪੁਲਿਸ ਮੁਲਾਜ਼ਮ ਹਨ ਉਹਨਾਂ ਨੂੰ ਗਾਰਡ ਆਫ ਆਨਰ ਕਰਨਗੇ ਸੋ ਦੋਸਤੋ ਗਾਰਡ ਆਫ ਆਨਰ ਕਰਨ ਤੋਂ ਬਾਅਦ ਜਿਹੜੀ ਇਹ ਰਸਮੀ ਕਾਰਵਾਈ ਹੈ ਕੀਤੀ ਜਾ ਰਹੀ ਹੈ ਸੋ ਦੋਸਤੋ ਬਹੁਤ ਹੀ ਵਾਜੇ ਗਾਜੇ ਦੇ ਨਾਲ ਸਾਰੇ ਲੋਕ ਬਹੁਤ ਖੁਸ਼ ਹਨ ਅਤੇ ਉਹਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਖੜਗੜ ਲਾ ਵੀਖੇ ਸਾਰੇ ਲੋਕ ਜੋ ਹਨ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਲੈ ਕੇ ਪਹੁੰਚੇ ਹਨ ਤੇ ਉਹਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਸੋ ਦੋਸਤੋ ਹੁਣ ਇੱਥੇ ਭਗਵੰਤ ਮਾਨ ਜোহਾਨ ਗਾਰਡੋ ਫੋਨਰ ਤੋਂ ਬਾਅਦ ਜੋ ਹੈ ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਧੰਨਵਾਦ ਕਰਨ ਤੋਂ ਬਾਅਦ ਉਹ ਆਪਣੇ ਆਫਿਸ ਦੇ ਵਿੱਚ ਜਾ ਕੇ ਆਪਣਾ ਜੋ ਕਾਰਜਕਾਰ ਹੈ ਉਹ ਸੰਭਾਲਣ ਦੇ ਲਈ ਜਾ ਰਹੇ ਹਨ ਸੋ ਦੋਸਤੋ ਅੱਜ ਦਾ ਦਿਨ ਭਗਵੰਤ ਮਾਨ ਜੀ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਦਿਨ ਹੈ ਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਦੋਸਤੋ ਵਸਾਰਾ ਪੰਜਾਬ ਭਗਵੰਤ ਮਾਨ ਦੇ ਨਾਲ ਹੈ ਤੇ ਉਹਨਾਂ ਦਾ ਜੋ ਪਰਿਵਾਰ ਹੈ ਜੋ ਸੱਤ ਸਾਲਾਂ ਤੋ ਅਮਰੀਕਾ ਰਹਿ ਰਿਹਾ ਸੀ ਉਹ ਵੀ ਅੱਜ ਭਗਵੰਤ ਮਾਨ ਦੇ ਨਾਲ ਨਜ਼ਰ ਆ ਰਿਹਾ ਹੈ ਸੋ ਦੋਸਤੋ ਅੱਜ ਭਗਵੰਤ ਮਾਨ ਜੀ ਦੇ ਲਈ ਬਹੁਤ ਹੀ ਵਧੀਆ ਦਿਨ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਆਪ ਨੂੰ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ ਹੋਰ ਅਪਡੇਟਸ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਦੋਸਤੋ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਦੇ ਨਾਲ ਜਦ ਤੱਕ ਲਈ ਧੰਨਵਾਦ